ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੀਤਕਾਰ ਸ਼ਹਿਬਾਜ਼। ਤੁਸੀਂ ਮੇਰੇ ਗਾਣੇ ਸੁਣੇ ਹੋਣੇ ਆ, ਨੈਣਾ ਨੈਣਾ ਨਾਮ ਲਾ ਲਈ ਭੇਦ ਖੁੱਲ ਜੂਗਾ ਸਾਰਾ। ਸਾਡੀ ਗੱਲ ਹੋਰ, ਅਸੀਂ ਕੀਤਾ ਏ ਪਿਆਰ, 76 ਗੱਲ ਫਿਰ ਸੀ ਮੈਂ ਤਾਜ ਬਣਾ, ਮੈਂ ਕਿਹਦੇ ਲਈ, ਮੇਰੀ ਮੁਮਤਾਜ਼ ਵੀ ਵਫਾ ਏ ਨਿੱਕੂ, ਫਿਰ ਸੀ ਗੱਲ ਮੱਥੇ ਦੀਆਂ ਲਿਖੀਆਂ 'ਤੇ ਮੁੱਕ ਜਾਂਦੀ ਹੈ, ਫਿਰੋਜ਼ ਖਾਨ। ਹੋਰ ਬਹੁਤ ਸਾਰੇ ਗਾਣੇ ਆ, ਅੱਜ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ। ਦਰਅਸਲ ਗੱਲ ਕੀ ਹੋਈ, ਅਸੀਂ ਦੋਨੇ ਭਰਾ, ਮੈਂ ਅਤੇ ਗੁਰਨਾਮ ਗਾਮਾ, ਅਸੀਂ ਨਾ ਕਾਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ। 2011 'ਚ ਗਾਮਾ ਹੋ ਗਿਆ ਅਤੇ 15 'ਚ ਹੋ ਗਿਆ ਮੈਂ। ਅਤੇ ਚਲੋ, ਪਿਛਲੇ ਅਪ੍ਰੈਲ ਦੇ ਵਿੱਚ ਗੁਰਨਾਮ ਗਾਮੇ ਦੀ ਡੈੱਥ ਹੋ ਗਈ, ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ। ਅਤੇ ਪ੍ਰੋਬਲਮ ਮੈਨੂੰ ਵੀ ਸੇਮ ਹੀ ਸੀ, ਅਤੇ ਮੇਰਾ ਲੀਵਰ ਵੀ ਡੈਮੇਜ ਹੋਣ ਲੱਗਾ। ਡਾਕਟਰ ਕਹਿੰਦੇ ਵੀ ਇਹਦਾ ਓਪਰੇਸ਼ਨ ਕਰਾ ਲਾ, ਨਹੀਂ ਤਾਂ ਹੌਲੀ ਹੌਲੀ ਹੋਰ ਸਾਲ ਖੰਡ 1.5 ਸਾਲ ਤੱਕ ਵੀ ਗਾਮੇ ਵਾਲੀ ਸਟੇਜ 'ਤੇ ਪਹੁੰਚ ਜਾਏਗਾ ਅਤੇ ਤੇਰੀ ਵੀ ਜਾਨ ਨੂੰ ਖਤਰਾ। ਚਲੋ, ਉਹ ਤਾਂ ਜਦੋਂ ਖਰਚਾ ਉਹਨਾਂ ਨੇ ਦੱਸਿਆ 20 ਲੱਖ ਰੁਪਈਆ ਖਰਚਾ ਤਕਰੀਬਨ ਦੱਸਿਆ, ਉਹ ਹੈ ਹੀ ਨਹੀਂ ਸੀ ਕੋਲੇ ਹਲੇ। ਰੈਸਲਾ ਕਰਦੇ ਸੀ, ਯਾਰਾਂ ਦੋਸਤਾਂ ਨਾਲ ਗੱਲ ਕਰੀ, ਉਹ ਕਹਿੰਦੇ ਵੀ ਆਪਾਂ ਨਾ ਸੋਸ਼ਲ ਮੀਡੀਆ 'ਤੇ ਕਰਕੇ ਪਾ ਦਈਏ, ਕੋਈ ਕਈ ਵਾਰੀ ਕੋਈ ਦਾਨੀ ਵੀਰ ਮਿਲ ਜਾਂਦਾ ਸੱਜਣ, ਉਹ ਹੈਲਪ ਕਰ ਦਿੰਦੇ ਆ। ਫਿਰ ਕੀ ਗੱਲ ਹੋਈ, ਇਹ ਫੇਸਬੁੱਕ ਤੋਂ ਮੇਰੀ ਪੋਸਟ ਦੇਖ ਕੇ ਨਾ, ਜਿਹੜਾ ਨੈੱਟ 'ਤੇ ਚੈਨਲ ਚੱਲਦਾ ਡੇਲੀ ਪੋਸਟ, ਉਹ ਤਾਂ ਨਾ ਮੇਰੇ ਕੋਲ ਇੱਕ ਟੀਮ ਆਈ, ਮੈਨੂੰ ਫੋਨ ਕਰੇ ਵੀ ਅਸੀਂ ਤੈਨੂੰ ਮਿਲਣਾ, ਤੇਰੀ ਮਦਦ ਕਰਨਾ ਚਾਹੁੰਦੇ ਹਾਂ। ਚਲੋ, ਮੈਂ ਕਿਹਾ ਆ ਜਾਓ ਬਾਈ। ਆਏ, ਮਿਲੇ, ਬੈਠੇ, ਗਗਨ ਬੇਦੀ ਮੇਰੇ ਕੋਲ ਮੁੰਡਾ ਆਇਆ, ਕਹਿੰਦਾ ਮੈਨੂੰ ਇਹਨਾਂ ਦਾ ਜਿਹੜਾ ਪੱਤਰਕਾਰ ਆ ਸਰਬਜੋਤ ਮੱਕੜ ਜਾਂ ਕੀ ਮੱਕੜ, ਉਹਨੇ ਭੇਜਿਆ ਅਤੇ ਵੀ ਐਂ ਕਰਕੇ ਅਸੀਂ ਤੇਰੀ ਹੈਲਪ ਕਰਨੀ ਆ। ਅਤੇ ਮੈਂ ਕਿਹਾ ਵੀ ਚਲੋ, ਬਹੁਤ ਵਧੀਆ ਗੱਲ ਆ, ਦੱਸੋ ਕਿਵੇਂ ਕਰੋਗੇ। ਕਹਿੰਦੇ ਵੀ ਸਾਡੇ ਚੈਨਲ ਵਾਸਤੇ ਤੂੰ ਇੱਕ ਇੰਟਰਵਿਊ ਕਰ ਦੇ, ਲੋਕਾਂ ਨੂੰ NRI ਨੂੰ ਅਪੀਲ ਕਰ ਦੇ, ਅਤੇ ਅਸੀਂ ਤੇਰਾ ਮੋਬਾਈਲ ਨੰਬਰ ਅਤੇ ਤੇਰਾ ਅਕਾਊਂਟ ਨੰਬਰ ਵਗੈਰਾ ਨਾ ਅਸੀਂ ਸਕਰੀਨ 'ਤੇ ਡਿਸਪਲੇ 'ਤੇ ਕਰ ਦਾਂਗੇ। ਇਹ ਸਾਰੀ ਗੱਲਬਾਤ ਕਹਾ ਕੇ ਅਤੇ ਇਹਨੇ 2 ਕੁ ਦਿਨਾਂ ਬਾਅਦ ਇੰਟਰਵਿਊ ਚਲਾਤੀ। ਮੈਂ ਇਹਨੂੰ ਫੋਨ ਕਰਿਆ ਬਈ ਤੂੰ ਨੰਬਰ ਨਹੀਂ ਪਾਇਆ, ਮੈਂ ਅੱਜ ਪਾਉਣਾ, ਮੈਂ ਕੱਲ੍ਹ ਪਾਉਣਾ, ਮੈਂ ਪਰਸੋਂ ਪਾਉਣਾ, ਜਾਣੀ ਇਹਨੇ ਨੰਬਰ ਨਹੀਂ ਪਾਇਆ। ਅਤੇ ਮੈਨੂੰ ਕਈ ਯਾਰਾਂ ਦੋਸਤਾਂ ਦੇ 2-4 ਬੰਦਿਆਂ ਦੇ ਫੋਨ ਆਏ ਬਾਹਰੋਂ, NRI ਬੰਦਿਆਂ ਦੇ। ਉਹ ਪਹਿਲਾਂ ਤਾਂ ਇਹਨੂੰ ਕਰਦੇ ਸੀ ਗਗਨ ਬੇਦੀ ਨੂੰ ਫੋਨ ਵੀ ਸਾਨੂੰ ਸ਼ਹਿਬਾਜ਼ ਦਾ ਨੰਬਰ ਦੇ ਦੇ, ਪਰ ਇਹ ਨੰਬਰ ਨਹੀਂ ਦੇ ਰਿਹਾ ਕਿਸੇ ਨੂੰ ਵੀ। ਐਡਾ ਕਿਰਤ ਘਣ ਬੰਦਾ ਇਹ ਵੀ ਇਹ ਬਿਮਾਰ ਬੰਦਿਆਂ ਨੂੰ ਵੀ ਨਹੀਂ ਛੱਡਦਾ। ਦੇਖੋ ਵੀ ਇੱਕ ਬੰਦਾ ਹੁਣ ਮਰਨ 'ਤੇ ਪਿਆ, ਹੋਰ ਵੱਧ ਤੋਂ ਵੱਧ ਕੋਲ 1 ਸਾਲ ਆ 2 ਸਾਲ ਆ 1.5 ਸਾਲ ਆ, ਵੀ ਉਹਦੀ ਬਿਮਾਰੀ 'ਚੋਂ ਵੀ ਇਹ ਫਾਇਦਾ ਉਠਾਉਂਦੇ ਆ। ਮੈਂ ਤਾਂ NRI ਵੀਰਾਂ ਨੂੰ ਅਪੀਲ ਕਰਦਾ ਇੱਕੋ ਹੀ, ਬਈ ਇਹਨਾਂ ਦੀ ਵੀਡੀਓ ਦੇਖੋ, ਦੇਖ ਕੇ ਸਿੱਧਾ ਲੋੜਵੰਦ ਦਾ ਨੰਬਰ ਲਓ, ਉਹਦੇ ਨਾਲ ਗੱਲ ਕਰਕੇ ਉਹਦੇ ਨਾਲ ਕੰਟੈਕਟ ਕਰੋ। ਇਹਨਾਂ ਦੇ ਯਕੀਨ 'ਤੇ ਨਾ ਰਹੋ, ਇਹ ਤਾਂ ਬਈ ਮਰਦੇ ਬੰਦੇ 'ਚੋਂ ਵੀ ਆਪਦਾ ਪੈਸਾ ਕਮਾਉਂਦੇ ਆ। ਅਤੇ ਤੁਸੀਂ ਵੀਰ ਬਣ ਕੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੀ ਇਹਦੇ ਪਰਿਵਾਰ ਤੱਕ ਤਾਂ ਪਹੁੰਚੇ। ਇਹ ਮੱਕੜ ਅਤੇ ਜਿਹੜੇ ਬੇਦੀ ਆ, ਦੋਨੇ ਚੋਰ ਆ ਸਿਰੇ ਦੇ, ਬਈ ਸਿੱਧੀ ਗੱਲ ਆ। ਮੈਂ ਤਾਂ ਹੁਣ ਕਹੂੰਗਾ ਮੇਰੇ ਕੋਲ 1.5 ਸਾਲ ਆ 6 ਮਹੀਨੇ ਆ, ਮੈਂ ਤਾਂ ਸੱਚ ਗੱਲ ਬੋਲ ਕੇ ਜਾਊਂਗਾ, ਦੱਸੂੰਗਾ ਸਾਰਿਆਂ ਨੂੰ ਵੀ ਇਹਨਾਂ ਨੇ ਐਂ ਕਰਿਆ। ਅਤੇ ਬਾਕੀ ਮੇਰਾ ਬਚਣਾ ਨਾ ਬਚਣਾ ਉਹ ਗੱਲ ਵੱਖਰੀ ਹੈ। ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ, ਮੇਰਾ ਨੰਬਰ ਹੈਗਾ 9872549। ਅਤੇ ਮੈਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਊਂਗਾ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਉ। ਅਤੇ ਗਗਨ ਬੇਦੀ ਦੇ ਰਿਸ਼ਤੇਦਾਰਾਂ ਕੋਲ ਤੱਕ ਵੀ ਪਹੁੰਚਣੀ ਚਾਹੀਦੀ ਹੈ ਵੀ ਇਹ ਕਿਵੇਂ ਪੈਸਾ ਕਮਾ ਰਿਹਾ। ਨਾਲ ਇਹਦੇ ਮੱਕੜ ਆ, ਮੱਕੜ ਦਾ ਨਾਂ ਲੈ ਕੇ ਇਹਨੇ ਮੇਰੇ ਕੋਲ ਕਿਹਾ ਸੀ ਵੀ ਮੈਨੂੰ ਮੱਕੜ ਨਹੀਂ ਭੇਜਿਆ। ਅਤੇ ਇਹੋ ਜਿਹੇ ਕੰਮ ਕਰਦੇ ਆ ਨੈੱਟ 'ਤੇ, ਤੁਸੀਂ ਆਪਾਂ ਦੇਖ ਕੇ ਭਾਵੁਕ ਹੋ ਜਾਂਦੇ। ਇਹ ਦਰਅਸਲ ਕੀ ਹੈ ਨਾ, ਲੋੜਵੰਦ ਬਿਮਾਰ ਬੰਦਿਆਂ ਨੂੰ ਇਹ ਸਮਝਦੇ ਆ ਚਾਰਾ, ਅਤੇ NRI ਬੰਦਿਆਂ ਨੂੰ ਸਮਝਦੇ ਆ ਮੱਛੀ। ਉਹਨਾਂ ਨੂੰ ਫਸਾਉਣ ਵਾਸਤੇ ਫਿਰ ਇਹੋ ਜਿਹੀਆਂ ਚਾਲਾਂ ਚੱਲਦੀਆਂ ਵੀ ਉੱਥੋਂ ਸਾਰੀ ਗੱਲਬਾਤ। ਗੁਰੂ ਨਾਨਕ ਦੀ ਫੋਟੋ ਕੋਲੇ ਬੈਠ ਕੇ ਨੇ ਬਾਈ ਗੱਲ ਕਹੀ ਸੀ ਇਹ, ਵੀ ਕੋਈ ਨਾ ਵੀ ਅਸੀਂ ਤੇਰੀ ਹੈਲਪ ਕਰਨੀ ਆ। ਦੇਖ, ਬਾਬੇ ਨਾਨਕ ਦੀ ਫੋਟੋ ਆ, ਮੈਂ ਸੰਤਾਂ ਨੂੰ ਮੰਨਦਾ, ਨਾਨਕ ਸਾਰਿਆਂ ਨੂੰ ਮੰਨਦਾ, ਅਤੇ ਵੀ ਅਸੀਂ ਤੇਰੀ ਫੁੱਲ ਹੈਲਪ ਕਰਾਂਗੇ, ਤੂੰ ਆ ਆ ਦੇਖ। ਅਤੇ ਵੀ ਇੱਕ ਵੀਡੀਓ ਕਰਦੇ, ਸਾਨੂੰ ਇੰਟਰਵਿਊ ਕਰਦੇ। ਇੰਟਰਵਿਊ ਕਰ ਲਈ, ਸਾਰਾ ਕੁਛ ਕਰਕੇ ਹੁਣ ਉਹ ਜਿਹੜੇ 4 ਬੰਦੇ ਮੇਰੇ ਵਾਸਤੇ ਕੋਈ ਮੰਨ ਹਾਂ ਦਾ ਨਾਰਾ ਮਾਰਨਗੇ, ਉਹਨਾਂ ਨਾਲ ਆਪ ਹੀ ਗੱਲ ਕਰੀ ਜਾਂਦਾ, ਨਾ ਗਾ ਨੰਬਰ ਦਿੰਦਾ। ਚਲੋ, ਬਾਕੀ ਮੇਰਾ ਜਿਹੜਾ ਕੁਛ ਹੋਣਾ ਉਹ ਗੱਲ ਵੱਖਰੀ ਹੈ। ਅਤੇ ਸਾਰੇ NRI ਵੀਰਾਂ ਨੂੰ ਅਪੀਲ ਆ ਵੀ ਇਹ ਨਾ ਇਹਨਾਂ ਦੀ ਵੀਡੀਓ ਜ਼ਰੂਰ ਦੇਖੋ, ਦੇਖ ਕੇ ਤੋਂ ਨਾ ਲੋੜਵੰਦ ਬੰਦੇ ਦਾ ਨੰਬਰ ਮੰਗੋ ਬਾਈ, ਜਿਹਦੀ ਵੀਡੀਓ ਆ, ਜਿਹਦਾ ਤੂੰ ਕਹਿ ਰਿਹਾ ਬਿਮਾਰ ਆ, ਸਿੱਧਾ ਇਹਨਾਂ ਨਾਲ ਕੰਟੈਕਟ ਕਰੋ, ਗੱਲਬਾਤ ਕਰੋ, ਪਰ ਆਪਦਾ ਸੋਚ ਵਿਚਾਰ ਕੇ ਸਾਰਾ ਕੁਛ ਨਾ। ਮੈਂ ਸੱਚੀ ਗੱਲ ਤੁਹਾਨੂੰ ਦੱਸਣੀ ਸੀ, ਅਤੇ ਇਹਨੂੰ ਸ਼ੇਅਰ ਕਰ ਦਿਉ ਵੱਧ ਤੋਂ ਵੱਧ। ਅਤੇ ਮੇਰਾ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ, 9872549496। ਧੰਨਵਾਦ।